ਅਜੀਤ ਕੌਰ ਦੀ ਕਹਾਣੀ ਫਾਲਤੂ ਔਰਤ ਦਾ ਦੂਸਰਾ ਪਾਗ ਗੀਤਾ ਸੋਚਦੀ ਹੈ ਚੁੱਪ ਕਰਕੇ ਉਮੇਸ਼ ਦੀ ਆਵਾਜ਼ ਦਾ ਇੰਤਜ਼ਾਰ ਕਰੇ ਰੋਜ਼ ਰੋਜ਼ ਇੰਤਜ਼ਾਰ ਇੱਕ ਦਿਨ ਦੋ ਦਿਨ ਚਾਰ ਦਿਨ ਕੋਈ ਆਵਾਜ਼ ਨਹੀਂ ਕਿਤਾਬ ਟੈਲੀਫੋਨ ਕਰਦੀਏ ਉਮੇਸ਼ ਨਹੀਂ ਮਿਲਦਾ ਸੁਨੇਹਾ ਛੱਡਦੀ ਹੈ ਉਹਦੇ ਦਫ਼ਤਰ 'ਚ ਉਮੇਸ਼ ਦਾ ਕੋਈ ਹੁੰਗਾਰਾ ਨਹੀਂ ਆਪਣੇ ਆਪ ਨਾਲ ਨਰਾਜ਼ ਹੋ ਰਹੀ ਗੀਤਾ ਇੰਜ ਤੇ ਕਦੀ ਨਹੀਂ ਸੀ ਨਿਗਰੀਓ ਇੰਨੇ ਨਿੱger ਕੇ ਕੋਈ ਜੀ ਵੀ ਕਿਸ ਤਰ੍ਹਾਂ ਸਕਦਾ ਹੈ ਰੇਡ ਦੀ ਹੱਡੀ ਨੂੰ ਸਾਬਤ ਰੱਖ ਕੇ ਜਿਉਣਾ ਚਾਹੀਦਾ ਇੱਕ ਆ ਜੀਬ ਲੜਾਈ ਉਹ ਆਪਣੇ ਆਪ ਨਾਲ ਲੜ ਰਹੀ ਹੈ ਦਿਨ ਰਾਤ ਰੋਕਦੇ ਆ ਰੋਕਦੇ ਆ ਵੀ ਉਹ Umesh ਦਾ ਨੰਬਰ ਘੁਮਾ ਦਿੰਦੀ ਹੈ ਇੰਨੇ ਮੀਲਾਂ ਦੀ ਦੂਰੀ ਪਰ ਲਾਈਨ ਸਿੱਧੀ ਹੈ ਉੰਜ ਘੰਟਿਆਂ ਦੇ ਘੰਟੇ ਨਹੀਂ ਮਿਲਦੀ ਕਈ ਵਾਰੀ ਨੰਬਰ ਘੁਮਾ ਘੁਮਾ ਕੇ ਉਂਗਲੀ ਦੁਖਣ ਲੱਗਦੀ ਹੈ ਕਾਲਜ ਵਿੱਚ ਉਹਦਾ ਪੀਏ ਚੁੱਕਦਾ ਹੈ ਉਹ ਜਿਸ ਵੇਲੇ ਕਹਿੰਦੀ ਹੈ ਮਿਸਟਰ ਸੈਗਲ ਨਾਲ ਗੱਲ ਕਰਵਾ ਦਿਓ ਰਤਾ ਤਪੀਏ ਦੀ ਆਵਾਜ਼ ਵਿੱਚ ਸ਼ਰਾਰਤ ਲਹਿਰ ਜਾਂਦੀ ਏ ਰੱਤਾਂ ਕਿਉਂ ਜੀ ਬਹੁਤ ਸਾਰੀ ਗੱਲ ਕਰੋ ਭਾਵੇਂ ਤੇ ਉਹ ਉਮੇਸ਼ ਨੂੰ ਕੁਝ ਵੀ ਨਹੀਂ ਆਖ ਸਕਦੀ ਉਹਨੂੰ ਲੱਗਦਾ ਪੀਏ ਵਿੱਚੋਂ ਸੁਣ ਰਿਹਾ ਹੋਵੇਗਾ ਸ਼ਾਇਦ ਉਹ ਡਰਦੀ ਨਹੀਂ ਕਿਸੇ ਕੋਲੋਂ ਡਰਨਾ ਤਾਂ ਉਹਨੇ ਸਿੱਖਿਆ ਹੀ ਨਹੀਂ ਪਰ ਮਨ ਦੀ ਗੱਲ ਕਿਸੇ ਦੇ ਸਾਹਮਣੇ ਕੀਤੀ ਨਹੀਂ ਜਾ ਸਕਦੀ ਮਨ ਦੇ ਸ਼ਹਿਰ ਦਾ ਇਹੀ ਦਸਤੂਰ ਏ ਜੇ ਕਾ ਟੈਲੀਫੋਨ ਕਰਦੀਏ ਤਾਂ ਕਦੇ ਉਮੇਸ਼ ਦੀ ਬੀਵੀ ਚੁੱਕਦੀ ਏ ਕਦੇ ਉਹ ਆ ਜਦੋਂ ਉਹਦੀ ਬੀਬੀ ਚੁੱਕਦੀ ਉਹ ਚੁੱਪਚਾਪ ਬੰਦ ਕਰ ਦਿੰਦੀ ਏ ਕੁਝ ਨਹੀਂ ਬੋਲਦੀ ਪਰ ਜਦੋਂ ਉਮੇਸ਼ ਚੁੱਕਦਾ ਉਹਦੀ ਆਵਾਜ਼ ਚ ਇਨੀ ਟੈਨਸ਼ਨ ਹੁੰਦੀ ਏ ਕਿ ਕੁਝ ਵੀ ਨਹੀਂ ਆਖ ਸਕਦੀ ਉਹਨੂੰ ਹਰ ਵਾਰ ਉਮੇਸ਼ ਕਹਿੰਦਾ ਅਗਲੇ ਹਫਤੇ ਆ ਰਿਹਾ ਅਗਲਾ ਹਫਤਾ ਯਾਨੀ ਸੋਮਵਾਰ ਸੋਮਵਾਰ ਨੂੰ ਫੋਨ ਕਰਦੀ ਏ ਤਾਂ ਕਹਿੰਦਾ ਨਹੀਂ ਕੱਲ ਤਾਂ ਉਦੈਪੁਰ ਜਾ ਰਿਆਂ ਮੀਟਿੰਗ ਏ ਉਹ ਤੋਂ ਮਗਰੋਂ ਫਿਰ ਜੈਪੁਰ ਆਵਾਂਗਾ ਫਿਰ ਪ੍ਰੋਗਰਾਮ ਬਣੇਗਾ ਦਿੱਲੀ ਦਾ 2 3 4 ਦਿਨ ਰੋਜ਼ ਫੋਨ ਨਹੀਂ ਉਹ ਹਲੇ ਨਹੀਂ ਮੁੜਿਆ ਉਦੈਪੁਰ ਤੋਂ ਮੁੜਦਾਇ ਤਫਿਰੋਹੀ ਅਗਲੇ ਹਫਤੇ ਅਗਲਾ ਹਫਤਾ ਯਾਨੀ ਅਗਲਾ ਸੋਮਵਾਰ ਸੋਮਵਾਰ ਕਹਿੰਦਾ ਮੇਰੀ ਚਾਚੀ ਬਿਮਾਰ ਹੈ ਗੰਗਾ ਨਗਰ ਜਾ ਰਿਹਾ ਖਬਰ ਲੈਣ ਉਥੋਂ ਉਥੋਂ ਫਿਰ ਮੁੜ ਕੇ ਜੈਪੁਰ ਆਵਾਂਗਾ ਤੇ ਦਿੱਲੀ ਦਿੱਲੀ ਦਾ ਤਾਂ ਉਤੋਂ ਤੋਂ ਮਗਰੋਂ ਪ੍ਰੋਗਰਾਮ ਬਣੇਗਾ ਦਿਨ ਗੁਜ਼ਰਦੇ ਜਾਂਦੇ ਨੇ ਆਹ ਤੇ ਮੈਂ ਜਾਣਾ ਸੀ ਪਰ ਮਕਾਨ ਬਣਵਾ ਰਿਹਾ ਵਾਂ ਨਾ ਇੱਥੇ ਇੱਟਾ ਹੀ ਨਹੀਂ ਮਿਲਦੀਆਂ ਅੱਜਕੱਲ ਪਤਾ ਨਹੀਂ ਕੀ ਹੋ ਗਿਆ ਹੈ ਅਲਵਰ ਆਪਣੇ ਦੋਸਤ ਨੂੰ ਫੋਨ ਕੀਤਾ ਹੈ ਕੋਟਾ ਵੀ ਫੋਨ ਕੀਤਾ ਹੈ ਟਰੱਕ ਭੇਜ ਰਹੇ ਨੇ ਇਕੱਠੇ ਕਰਕੇ ਇਟਾਂ ਦੇ ਪਹੁੰਚ ਲੈਣ ਫੇਰ ਆਵਾਂਗਾ ਕੀਤਾ ਨੂੰ ਲੱਗਦਾ ਉਮੇਸ਼ ਦੀ ਜ਼ਿੰਦਗੀ ਇੰਨੀ ਭਰੀ ਹੋਈ ਏ ਕਿ ਕਿਤੇ ਵੀ ਕੋਈ ਖਾਲੀ ਕੋਨਾ ਉਹਦੇ ਜੋਗਾ ਨਹੀਂ ਪਰ ਇਹ ਉਹ ਕੋਨਿਆਂ ਦੀ ਡਿਮ ਡਿਮੈਂਡ ਤੱਕ ਕਦੋਂ ਨਿਕਰ ਗਈ ਉਹ ਤਾਂ ਆਪਣੀ ਪੂਰੀ ਥਾਂ ਮੰਗਿਆ ਕਰਦੀ ਸੀ ਅੱਗੇ ਵੀ ਦੋ ਵਾਰੀ ਇਹੀ ਤਾਂ ਹੋਇਆ ਸੀ ਜਿੰਨੀ ਤਾਂ ਉਹ ਮੰਗਦੀ ਸੀ ਅਗਲਾ ਦੇ ਨਹੀਂ ਸੀ ਸਕਦਾ ਹੁਣ ਕੀ ਹੋ ਗਿਆ ਸ਼ਾਇਦ ਲੰਘਦੀ ਉਮਰ ਦਾ ਤਕਾਜ਼ਾ ਹੈ ਡਿਮਾਂਡਸ ਬੰਦਾ ਅੱਪੇ ਹੀ ਜਾਣੇ ਅਣਜਾਣੇ ਘਟਾ ਲੈਂਦਾ ਜੋ ਮਿਲਿਆ ਸ਼ਾਇਦ ਦੋ ਵਰਿਆਂ ਨੂੰ ਇਹ ਵੀ ਨਹੀਂ ਮਿਲੇਗਾ ਜੇ ਕੋਨਾ ਮਿਲ ਗਿਆ ਤਾਂ ਕੋਨੇ ਨਾਲ ਤਸੱਲੀ ਹੋ ਜਾਏਗੀ ਉਹਦੀ ਨਹੀਂ ਫਿਰ ਉਹ ਸ਼ਾਇਦ ਬੈਂਝੋਗੀ ਤਾਂ ਮੰਗੇਗੀ ਫਿਰ ਸੌਣ ਜੋਗੀ ਫਿਰ ਹੋਰ ਫਿਰ ਹੋਰ ਜ਼ਿੰਦਗੀ ਵਿੱਚ ਤਰਲਿਆਂ ਨਾਲ ਸਮਝੌਤਿਆਂ ਨਾਲ ਜਿਉਣ ਦੀ ਜਾਚ ਉਹਨੇ ਸਿੱਖੀ ਨਹੀਂ ਹੁਣ ਵੀ ਸ਼ਾਇਦ ਉਹ ਕੋਨਾ ਨਹੀਂ ਮੰਗ ਰਹੀ ਉਹ ਆਪਣੀ ਪੂਰੀ ਥਾਂ ਮੰਗ ਰਹੀ ਹੈ ਆਪਣਾ ਪੂਰਾ ਹੱਕ ਪਰ ਹੱਕ ਕਦੇ ਖੋ ਕੇ ਤਾਂ ਨਹੀਂ ਮਿਲਦੇ ਨਾ ਹੀ ਰੀਰੀ ਕਰਕੇ ਮੰਗਿਆ ਮਿਲਦੇ ਨਹੀਂ ਕਾਂਕੀ ਇਹ ਵੀ ਗਲਤ ਬੰਦਾ ਹੈ ਇਥੋਂ ਵੀ ਜ਼ਿੰਦਗੀ ਦੀ ਪਿਆਸ ਨਹੀਂ ਮਿٹےਗੀ ਇੱਕ ਦਿਨ ਫੋਨ ਆਇਆ ਉਮੇਸ਼ ਦਾ ਮੈਂ 30 ਤਰੀਕ ਆ ਰਿਆਂ ਦਿੱਲੀ ਪਰ ਮੈਂ ਪਹਿਲੀ ਦੀ ਬੁਕਿੰਗ ਕਰਵਾਈ ਹੋਈ ਏ ਬੰਬਈ ਦੀ ਗੀਤਾ ਦੀ ਆਵਾਜ਼ ਤੇ ਬੇਬਸੀ ਸੀ ਚਲੋ ਕੋਈ ਗੱਲ ਨਹੀਂ ਪਹਿਲੀ ਤਰੀਕ ਮੈਂ ਤੈਨੂੰ ਗੱਡੀ ਚੜਾ ਦੇਵਾਂਗਾ ਨਾ ਸੱਚ ਤੂੰ ਤੇ ਬਾਏਰ ਜਾਣਾ ਹੋਏਗਾ ਨਾ ਉਮੇਸ਼ ਤੂੰ 2-4 ਦਿਨ ਪਹਿਲਾਂ ਆ ਜਾਣਾ ਨਹੀਂ 28 ਤਰੀਕ ਮੇਰੀ ਇੱਕ ਮੀਟਿੰਗ ਹੈ ਫਿਰ 29 ਨੂੰ ਸਨੀਚਰੇ 3 ਨੂੰ ਐਤਵਾਰ ਛੁੱਟੀਆਂ ਵਾਲੇ ਦਿਨਾਂ 'ਚ ਦਿੱਲੀ ਆ ਕੇ ਕੀ ਕਰਾਂਗਾ ਸਿਰਫ ਕੰਮਾਂ ਲਈ ਆ ਰਿਹਾ ਨਾ ਤੂੰ ਦਿੱਲੀ ਗੀਤਾ ਦੀ ਆਵਾਜ਼ ਮਰਦੀ ਜਾ ਰਹੀ ਹੈ ਕੰਮ ਵੀ ਤੇ ਹੁੰਦੇ ਹੀ ਨਹੀਂ ਉਮੇਸ਼ ਹੱਸਦਾ ਹੈ ਪਰ ਅਸਲੀ ਕੰਮ ਤਾਂ ਤੈਨੂੰ ਮਿਲਣ ਦਾ ਹੈ ਉਮੇਸ਼ ਦਾ ਹਾਸਾ ਗੱਲ ਨੂੰ ਬੜੀ ਸ਼ੈਲੋ ਬਣਾ ਦਿੰਦਾ ਹੈ ਤੈਨੂੰ ਮਿਲਣ ਦਾ ਕੰਮ ਏ ਤਾਂ 28 ਨੂੰ ਮੀਟਿੰਗ ਤੋਂ ਇੱਕਦਮ ਅਗਰੋਂ ਤੁਰ ਪੈ ਸ਼ਾਮ ਇੱਥੇ ਪਹੁੰਚ ਜਾ ਗੀਤਾ ਜਿਵੇਂ ਤਰਲਾ ਕਰ ਰਹੀ ਹੈ ਤੇ ਇੱਥੇ ਮੇਰੀ ਜੇਲਰ ਨਹੀਂ ਪੁੱਛੇਗੀ ਕਿ ਛੁੱਟੀ ਵਾਲੇ ਦਿਨ ਦਿੱਲੀ ਕੀ ਕੰਮ ਹੈ ਭਲਾ ਹਮੇਸ਼ਾ ਹੱਸ ਰਿਆ ਬਸ 31 ਨੂੰ ਆਵਾਂਗਾ ਆ ਕੇ ਤੈਨੂੰ ਫੋਨ ਕਰਾਂਗਾ ਇੱਕ ਗੀਤਾ ਕਹਿੰਦੀ ਏ ਜੇ ਆਪਣੇ ਕੰਮ ਵਾਸਤੇ ਆ ਰਿਹਾ ਤਾਂ ਤੂੰ ਚੁੱਪ ਕਰਕੇ ਚਲੀ ਜਾ ਬੰਬਈ ਉਹ ਆਪਣਾ ਆਉਣਾ ਦੋ ਦਿਨ ਹੋਰ ਨਹੀਂ ਕਰ ਸਕਦਾ ਤਾਂ ਇਹਦਾ ਇਹੀ ਮਤਲਬ ਹੈ ਕਿ ਉਹਨੂੰ ਤੇਰੀ ਕੋਈ ਲੋੜ ਨਹੀਂ ਆਪਣੀ ਡਿਗਨਿਟੀ ਕਾਇਮ ਰੱਖ ਥੋੜੀ ਜੀ ਬੇਨਿਆ ਜੀ ਵੀ ਕਈ ਵਾਰ ਦੂਜੇ ਨੂੰ ਹਿਲਾਉਂਦੀ ਏ ਤੇ ਜੇ ਉਹਨੂੰ ਲੋੜ ਹੋਏਗੀ ਅਗਲੀ ਵਾਰੀ ਛੇਤੀ ਆਏਗਾ ਜੇ ਨਹੀਂ ਤਾਂ ਫਿਰ ਰੁਕਣ ਦਾ ਵੀ ਕੀ ਫਾਇਦਾ ਫਿਰ ਤਾਂ ਕਿਸੇ ਵੀ ਗੱਲ ਦਾ ਕੋਈ ਮਤਲਬ ਹੀ ਨਹੀਂ ਇਹ ਕੋਈ ਦੂਜੀ ਗੀਤਾ ਸੀ ਜਿਹਨੇ ਜਾ ਕੇ ਆਪਣੀ ਬੰਬਈ ਦੀ ਰਿਜ਼ਰਵੇਸ਼ਨ ਕੈਨਸਲ ਕਰਵਾ ਦਿੱਤੀ ਉਹ 26 ਤਰੀਕ ਸੀ ਜਦੋਂ ਉਮੇਸ਼ ਦੀ ਫੋਨ ਆਈ ਸੀ 26 ਤੋਂ 31 ਤੱਕ ਗੀਤਾ ਆਪਣੇ ਆਪ ਨਾਲ ਨਾਰਾਜ਼ ਰਹੀ ਪਹਿਲੀ ਗੀਤਾ ਦੂਜੀ ਗੀਤਾ ਨਾਲ ਬੇहद ਗੁੱਸੇ ਰਹੀ ਜੀਵ ਝੁੰਝਲਾਟ ਹੈਲਪਲੈਸਨੈਸ 31 ਤਰੀਕ ਸਾਰਾ ਦਿਨ ਇੰਤਜ਼ਾਰ ਇੰਤਜ਼ਾਰ ਸ਼ਾਮ 5:30 ਵਜੇ ਫੋਨ ਆਇਆ ਮੈਂ ਹੁਣੇ ਪਹੁੰਚਿਆ ਬਸ ਇੱਕ ਕੰਮ ਐ ਥੋੜਾ ਜਿਹਾ 2 ਕੋ ਘੰਟੇ ਲੱਗਣਗੇ 8:00 ਵਜੇ ਮੈਂ ਆ ਜਾਵਾਂ ਤੂੰ ਕਿਧਰੇ ਜਾਣਾ ਤੇ ਨਹੀਂ ਉਮੇਸ਼ ਗੀਤਾ ਉਹਦੀ ਆਵਾਜ਼ ਦਾ ਹੱਥ ਫੜ ਕੇ ਜਿਵੇਂ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ ਤੂੰ ਘਰ ਹੋਵੇਂਗੇ 8:00 ਵਜੇ ਗੀਤਾ ਕਹਿਣਾ ਚਾਹੁੰਦੀ ਐ ਮੈਂ ਤੇ ਸਵੇਰ ਦੀ ਘਰਾਂ ਤੈਨੂੰ ਉਡੀਕਦੀ ਤੂੰ ਅੱਜ 42 ਦਿਨਾਂ ਮਗਰੋਂ ਆਇਆ। ਆਉਂਦੀਆਂ ਆਉਂਦੀਆਂ ਸ਼ਾਮ ਕਰ ਦਿੱਤੀ। ਤੈਨੂੰ ਤੇ ਹਾਲੀ ਪਤਾ ਹੀ ਨਹੀਂ। ਪਤਾ ਨਹੀਂ ਨਾ ਕਿ ਮੈਂ ਸਵੇਰ ਦੀ ਬੰਬਈ ਦੀ ਰੈਜ਼ਰਵੇਸ਼ਨ ਕੈਨਸਲ ਕਰਵਾ ਦਿੱਤੀ ਏ। ਤੂੰ ਤੇ ਉਸ ਗੀਤਾ ਨੂੰ ਮਿਲਣ ਆ ਰਿਹਾ ਜਿਹੜੀ ਸਵੇਰੇ ਬੰਬਈ ਜਾ ਰਹੀ ਏ। ਬਸ ਅੱਜ ਦੀ ਸ਼ਾਮ ਤੇ ਉਹ ਵੀ ਤੈਨੂੰ ਕੰਮ ਏ। ਤੇ ਤੂੰ ਹਾਲੀ ਨਹੀਂ ਆਏਂਗਾ। ਤੂੰ 8 ਵਜੇ ਆਏਂਗਾ। ਸਾਰੇ ਕੰਮ ਖਤਮ ਕਰਕੇ। ਅੱਛਾ। 8 1-1 ਮਿੰਟ ਕਿਸ ਤਰ੍ਹਾਂ ਰਿੰਗ ਕੇ ਤੁਰਦਾ ਗੀਤਾ ਅੱਜ ਵੇਖ ਰਹੀ ਆਪਣੀ ਅੱਖੀ। ਪੌਣੇ 9 ਘਰ ਦੇ ਬਾਕੀ ਸਾਰੇ ਲੋਕ ਰੋਟੀ ਖਾਣ ਲੱਗੇ ਗੀਤਾ ਨੇ ਕਿਹਾ ਮੈਂ ਮਗਰੋਂ ਖਾਵਾਂਗੀ ਉਮੇਸ਼ ਆ ਰਿਹਾ ਉਹਦੇ ਨਾਲ ਗੀਤਾ ਦੀ ਮਾਂ ਨੂੰ ਉਮੇਸ਼ ਕਦੇ ਵੀ ਚੰਗਾ ਨਹੀਂ ਲੱਗਾ ਹੁੰਜ ਵੀ ਵਿਆਹਿਆ ਹੋਇਆ ਬੰਦਾ ਬਾਲ ਬੱਚੇ ਇਹ ਉਹਦੀ ਧੀ ਕਿਥੇ ਸਿਰ ਮਾਰ ਰਹੀ ਹੈ ਪਰ ਗੀਤਾ ਨੂੰ ਕਦੇ ਵੀ ਉਹਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੋਈ ਪਿਤਾ ਦੇ ਮਰਨ ਮਗਰੋਂ ਗੀਤਾ ਇਸ ਘਰ ਵਾਸਤੇ ਪਿਓ ਵਾਂਗੂੰ ਕਮਾਈ ਕਮਾਉਂਦੀ ਰਹੀਏ ਮਾਂ ਨੂੰ ਲੱਗਦਾ ਗੀਤਾ ਦੇ ਸਾਹਮਣੇ ਉਸੇ ਤਰ੍ਹਾਂ ਸਹਿਮੀ ਰਹਿੰਦੀ ਹੈ ਜਿਸ ਤਰ੍ਹਾਂ ਆਪਣੇ ਖਵਨ ਦੇਗੇ ਸਹਿਮੀ ਰਹਿੰਦੀ ਸੀ ਫਿਰ ਵੀ ਹੈ ਤਾਂ ਗੀਤਾ ਉਹਦੀ ਧੀ ਉਹਦੀ ਆਪਣੇ ਅੰਦਰ ਉਹਨੂੰ ਅੱਖਾਂ ਸਾਹਮਣੇ ਉਹ ਅੰਨੇ ਖੂਚ ਡਿੱਗਦਿਆਂ ਵੇਖ ਰਹੀ ਏ ਪਰ ਕਹਿ ਕੁਝ ਨਹੀਂ ਸਕਦੀ 9 9 5 9 ਵਜ ਕੇ 7 ਮਿੰਟ ਤੇ ਉਹਮੇਸ਼ ਆ ਗਿਆ ਡਰਾਇੰਗ ਡਾਈਨਿੰਗ ਇਕੱਠਾ ਇੱਕੋ ਕਮਰਾ ਹੈ ਡਰਾਇੰਗ ਰੂਮ 'ਚ ਬੈਠੀ ਹੋ ਰਿਕਾਰਡ ਸੁਣ ਰਹੀ ਸੀ ਨਾਲ ਇੱਕ ਸਵੈਟਰ ਬੁਣ ਰਹੀ ਸੀ ਆਪਣੀ ਮਾਂ ਜੋਗਾ ਤੇ ਜਦੋਂ ਮਨ ਬੇਚੈਨ ਹੁੰਦਾ ਹੈ ਉਹ ਆਮ ਤੌਰ ਤੇ ਪੜਿਆ ਕਰਦੀ ਏ ਜਦੋਂ ਕੋਈ ਮੂਵੀ ਵੇਖਣ ਚਲੀ ਜਾਂਦੀ ਹੈ ਜਾਂ ਲੰਮੀ ਸੈਰ ਪਰ ਜਦੋਂ ਬੇਚੈਨੀ ਹਣ ਦੇ ਪਾਣੀ ਵਾਂਗੂ ਖਤਰੇ ਵਾਲੇ ਨਿਸ਼ਾਨ ਤੋਂ ਟੱਪ ਜਾਂਦੀ ਹੈ ਤਾਂ ਪੜਿਆ ਵੀ ਨਹੀਂ ਜਾਂਦਾ। ਸਿਨੇਮਾ ਹਾਲ 'ਚ 3 ਘੰਟੇ ਕੈਦ ਹੋ ਕੇ ਬੈਠਿਆ ਵੀ ਨਹੀਂ ਜਾਂਦਾ। ਫਿਰ ਬਸ ਉਹ ਰਿਕਾਰਡ ਸੁਣਦੀ ਹੈ ਤੇ ਥੇਸ ਤੇ ਸਲਾਈਆਂ ਚਲਾ ਕੇ ਸਵੈਟਰ ਬੁੰਨਦੀ ਹੈ। ਉਮੇਸ਼ ਦਵਾਈਆਂ ਤਾਂ ਕਮਰੇ ਦੇ ਦੂਜੇ ਹਿੱਸੇ ਵਿੱਚ ਡਾਈਨਿੰਗ ਟੇਬਲ ਤੇ ਬੈਠੇ ਘਰ ਦੇ ਸਾਰੇ ਬਾਕੀ ਲੋਕ ਰੋਟੀ ਖਾ ਰਹੇ ਸਨ। ਗੀਤਾ ਦਾ ਦਿਲ ਕੀਤਾ ਦੌੜ ਕਿਉਂ ਮੇਸ਼ਤੀ ਹੇਕ ਕਰਨ ਲੱਗ ਜਾਏ। ਇਹ ਕਿਹੜੀ ਇੱਕ ਹਮਮਸ ਛਾਤੀ ਦੇ ਅੰਦਰ ਘੁਸੜ ਰਹੀ ਏ। ਪਰ ਕਮਰੇ ਛੋਰ ਲੋਕ ਸਨ। ਉਮੇਸ਼ ਸਾਰਿਆਂ ਨੂੰ ਹੱਥ ਜੋੜ ਕੇ ਹੋਂਠਾਂ ਚ ਬੁੜਬੁੜਾ ਕੇ ਮੁਸਕਰਾ ਕੇ ਬਹਿ ਗਿਆ। ਤੇ ਗੀਤਾ ਨੂੰ ਉਹਦੇ ਤੇ ਬੇਹੱਦ ਗੁੱਸਾ ਆਉਣ ਲੱਗਾ। ਇਹ ਕੀ ਤਰੀਕਾ ਹੈ ਮਿਲਣ ਦਾ 42 ਦਿਨਾਂ ਮਗਰੋਂ ਤੂੰ ਆਇਆ। ਤੈਨੂੰ ਚਾਹੀਦਾ ਸੀ ਆਉਂਦਿਆਂ ਸਾਰ ਕਿਸੇ ਹੋਟਲ 'ਚ ਠਹਿਰ ਦਵਾਂ। ਮੈਨੂੰ ਫੋਨ ਕਰ ਦੋ ਮੈਂ ਭੱਜੀ ਆਉਂਦੀ। ਤੇਰੀ ਹਿੱਕ ਨਾਲ ਲੱਗ ਜਾਂਦੀ ਤਾਂ ਇਹ ਅੰਦਰਲਾ ਸ਼ੋਰ ਸ਼ਾਇਦ ਥਮ ਜਾਂਦਾ ਇਸ ਅੰਦਰ ਘੁਮੜਦੀ ਹਮਸ ਵਿੱਚ ਸ਼ਾਇਦ ਹਵਾ ਦਾ ਇੱਕ ਸਾਰ ਆਲ ਜਾਂਦਾ 45 ਦਿਨਾਂ ਮਗਰੋਂ ਆਕੇ ਤੂੰ ਇੱਥੇ ਹੀ ਆਉਣਾ ਸੀ ਜਿੱਥੇ ਨਾ ਮੈਂ ਆਪਣੀਆਂ ਬਾਹਾਂ ਤੇਰੇ ਦਵਾਰੇ ਲਪੇਟ ਸਕਨੀਆ ਤੇ ਨਾ ਤੇਰੀ ਛਾਤੀ ਤੇ ਸਿਰ ਰੱਖ ਕੇ ਰੋ ਸਕਨੀਆ ਨਾ ਤੇਰੇ ਹੋਠਾਂ ਨੂੰ ਖਾਮੋਸ਼ ਤੇਰੇ ਨਾਲ ਗੱਲਾਂ ਕਰ ਸਕਨੀਆ ਦਰਿਆਵਾਂ ਜਿਹੜੀਆਂ ਲੰਮੀਆਂ ਗੱਲਾਂ ਸਮੁੰਦਰਾਂ ਜਿਹੜੀਆਂ ਡੂੰਘੀਆਂ ਗੱਲਾਂ ਵਸਣ-ਵਸਣ ਕਰਦੇ ਉਲਰੇ ਹੋਏ ਘਟਾ ਟੋਪ ਬਦਲਾ ਵਰਗੀਆਂ ਭਰੀਆਂ-ਭਰੀਆਂ ਗੱਲਾਂ ਚੈਬਰ ਲਾ ਕੇ ਵਸਦੇ ਮੀਆਂ ਵਰਗੀਆਂ ਲਗਾਤਾਰ ਲਗਾਤਾਰ ਝੜੀਆਂ ਵਾਲੀਆਂ ਗੱਲਾਂ ਤੂੰ ਇੱਥੇ ਕਿਉਂ ਆਇਆ ਕਿਉਂ ਆ ਗਿਆ ਤੂੰ ਇੱਥੇ ਰੋਟੀ ਖਾਊ ਗੀਤਾ ਆਵਾਜ਼ ਨੂੰ ਦੂਆ ਮੋਢਿਆਂ ਤੋਂ ਫੜ ਕੇ ਉਹਦਾ ਕਾਂਬਾ ਰੋਕਦੀਏ ਤੂੰ ਨਹੀਂ ਅਜੇ ਖਾਦੀ ਉਮੇਸ਼ ਹੱਸ ਕੇ ਪੁੱਛਦਾ ਇਹ ਪੁੱਛਣ ਦੀ ਵੀ ਕੀ ਲੋੜ ਹੈ ਤੁਹਾਨੂੰ ਤੁਹਾਨੂੰ ਨਹੀਂ ਪਤਾ ਕਿ ਅੱਜ ਤੂੰ ਆਉਣਾ ਸੀ ਤੇ ਮੈਂ ਤੁਹਾਨੂੰ ਉਡੀਕਣਾ ਸੀ ਤੇਰੇ ਆਉਣ ਤੋਂ ਪਹਿਲਾਂ ਰੋਟੀ ਨਹੀਂ ਸੀ ਖਾਣੀ ਤੁਕਿਓ ਜੀਆ ਬੇਮਤਲਬ ਗੱਲਾਂ ਕਰਨਾ ਹੈ ਕਦੇ ਜਾਂ ਅਜੇ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਤੇਰੀ ਨਹੀਂ ਸਿਰਫ ਇੰਨਾ ਆਖਦੀਏ ਉਹ ਰੋਟੀ ਖਾਣ ਲਈ ਮੇਜ਼ ਦੇ ਆਰ ਪਾਰ ਸਿਰਫ ਉਹ ਦੋਵੇਂ ਬੈਠੇ ਨੇ ਬਾਕੀ ਲੋਕ ਹੀ ਅੰਦਰ ਚਲੇ ਗਏ ਨੇ ਆਪ ਉਹ ਆਪਣੇ ਕਮਰੇ ਅੰਦਰ ਸਿਰਫ ਨੌਕਰ ਰਸੋਈ ਚੋਂ ਖਾਣੇ ਦੀ ਮੇਜ਼ ਤੱਕ ਆ ਜਾ ਰਿਹਾ ਹੈ ਗਰਮ ਫੁਲਕਾਇਆ ਗੀਤਾ ਨੇ ਉਮੇਸ਼ ਦੀ ਪਲੇਟਸ ਬਚਿਆ ਪਿਛਲਾ ਅੱਧਾ ਫੁਲਕਾ ਚੁੱਕ ਕੇ ਆਪਣੀ ਪਲੇਟ 'ਚ ਰੱਖ ਲਿਆ ਨਵੀਂ ਗਰਮ ਰੋਟੀ ਉਹਦੀ ਪਲੇਟ 'ਚ ਰੱਖ ਦਿੱਤੀ ਉਮੇਸ਼ ਦੀਆਂ ਅੱਖਾਂ ਮੁਸਕਰਾਉਂਦੀਆਂ ਨੇ ਇਸ ਤਰ੍ਹਾਂ ਤੇ ਮੇਰੀ ਮਾਂ ਮੇਰਾ ਖਿਆਲ ਰੱਖਦੀ ਹੁੰਦੀ ਹੈ ਤੇ ਕਿੰਨਾ ਹੀ ਚਿਹਰਾ ਆਪਣੀ ਮਾਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਗੀਤਾ ਸੁਣ ਰਹੀ ਹੈ ਅਸਲ ਚ ਮੇਰੀ ਮਾਂ ਬਹੁਤ ਅਟੈਚਡ ਨਹੀਂ ਮੇਰੇ ਨਾਲ ਮੈਂ ਬੀਜੀ ਕਹਣਾ ਉਹਨਾਂ ਨੂੰ 7 ਸਾਲ ਦੀ ਉਮਰ ਤੋਂ ਲੈ ਕੇ ਐਮਏ ਦੇ ਇਮਤਿਹਾਨ ਤੱਕ ਕੋਈ ਸਹਰਤ ਨਹੀਂ ਜਿਸ ਤਰ੍ਹਾਂ ਮਿਹਨਤ ਕਰ ਕਰਕੇ ਮੈਨੂੰ ਪੜਾਇਆ ਹੈ ਮੈਂ ਵੀ ਮਿਹਨਤ ਕੀਤੀ ਹੈ ਤੇਰੇ ਤੇ ਉਮੇਸ਼ 42 ਦਿਨ ਨਹੀਂ ਇਸ ਤੋਂ ਵੀ ਪਹਿਲਾਂ ਪਤਾ ਨਹੀਂ ਕਦੋਂ ਤੋਂ ਉਮੇਸ਼ ਉਮੇਸ਼ ਨਿੱਕੇ ਭਰਾ ਨੂੰ ਮੈਂ ਕਦੇ ਨਹੀਂ ਮਹਿਸੂਸ ਹੋਂ ਦਿੱਤਾ ਕਿ ਉਹਦਾ ਪਿਓ ਕੋਈ ਨਹੀਂ ਉਦੋਂ ਤਿੰਨ ਵਰਿਆਂ ਦਾ ਸੀ ਸਿਰਫ ਉਹਨੂੰ ਇੱਕੋ ਹੀ ਪਿਓ ਦਾ ਪਤਾ ਹੈ ਮੇਰਾ ਉਹਨੂੰ ਮੈਂ ਬੁਲਾਇਆ ਤੇ ਜੇ ਤੂੰ ਮੇਰੇ ਕੋਲ ਰਹਿੰਦਾ ਹੁੰਦਾ ਤਾਂ ਮੈਂ ਗਰਮ ਰੋਟੀ ਆਪ ਪਕਾ ਕੇ ਤੈਨੂੰ ਖਵਾਉਂਦੀ ਇੱਕ ਇੱਕ ਗ੍ਰਹਿ ਤੇਰੀ ਪਸੰਦ ਨਾ ਪਸੰਦ ਸਾਰੀ ਮੈਨੂੰ ਪਤਾ ਹੁੰਦੀ ਰੋਟੀ ਨਾਲ ਅੱਜ ਵਾਂਗੂ ਅੰਮਾ ਦੇ ਆਰਡਰ ਦੀਆਂ ਚੀਜ਼ਾਂ ਨਾ ਬਣਦੀਆਂ ਤੇਰੀ ਪਸੰਦ ਦੀ ਪਰ ਮੈਨੂੰ ਤੇ ਪਤਾ ਵੀ ਨਹੀਂ ਕਿ ਤੈਨੂੰ ਕੀ ਪਸੰਦ ਹੈ ਸਿਰਫ ਇਹ ਪਤਾ ਹੈ ਕਿ ਚਾਹ ਵਿੱਚ ਤੂੰ ਇੱਕ ਚਮਚਾ ਖੰਡ ਦਾ ਪਾਣਾ ਹੈ ਤੇ ਇਹ ਕਿ ਲਸੂੜੀਆ ਰੰਗ ਦੀ ਟਾਈ ਸ਼ਾਇਦ ਤੈਨੂੰ ਬਹੁਤ ਪਸੰਦ ਹੈ ਇਹ ਤੂੰ ਬੜੀ ਵਾਰੀ ਪਾਈ ਹੁੰਦੀ ਹੈ ਤੇ ਹੋਰ ਇਹ ਕਿ ਰੋਟੀ ਤੂੰ ਬੜੀ ਥੋੜੀ ਜੀ ਖਾਣਾ ਤੇ ਬਸ ਡੇਢ ਜਾਂ ਦੋ ਨਿੱਕੀਆਂ ਰੋਟੀਆਂ ਪਿਛਲੇ ਬਰੇ ਆਇਆ ਸੀ ਬਲੇ ਤੋਂ ਮੈਂ ਕਿਹਾ ਤੂੰ ਉੱਥੇ ਕਿਸੇ ਮੇਮ ਨਾਲ ਹੀ ਵਿਆਹ ਕਰ ਲੈਣਾ ਸੀ ਕਹਿਣ ਲੱਗਾ ਬਾਜੀ ਮੇਮਾ ਡੰਗਟ ਪੌਚੀ ਜਾਨੇ ਜਿਵੇਂ ਰੋਟੀ ਨਾ ਮਿਲੇ ਤਾਂ ਸੈਂਡਵਿਚ ਖਾ ਲਏ ਕਾਫੀ ਦਾ ਪਿਆਲਾ ਪੀ ਲਿਆ ਵਿਆਹ ਲਈ ਹਿੰਦੁਸਤਾਨੀ ਕੁੜੀਆਂ ਹੀ ਠੀਕ ਨੇ ਜਿਵੇਂ ਮੱਖਣ ਨਾਲ ਬਣੀ ਪਰਾਂਠੀ ਵਿੱਚ ਗੁੰਨਿਆ ਹੋਇਆ ਘਿਓ ਤੇ ਤੇਜ਼ ਮਿਰਚਾਂ ਵਾਲੀ ਰੰਨ ਰੰਨ ਕੇ ਕੜੀ ਹੋਈ ਮਾਂ ਦੀ ਦਾਲ ਉਮੇਸ਼ ਜ਼ੋਰ ਦੀ ਹੱਸਦਾ ਹੈ ਘਰ ਬਸਾਉਣ ਲਈ ਬੀਵੀਆਂ ਠੀਕ ਨੇ ਉਹਨਾਂ ਨਾਲ ਡੰਗ ਟਪਾਓ ਜ਼ਿੰਦਗੀ ਬਤਾਓ ਬੱਚੇ ਪੈਦਾ ਕਰੋ ਕਮਾ ਕੇ ਲਿਆਓ ਤੇ ਫਿਰ ਡਰੋ درست ਕੰਡਕਟ ਰੱਖੋ ਨਿਹਾਇਤ ਤੇ ਮੂੰਹ ਦਾ ਜ਼ਾਇਕਾ ਬਦਲਣ ਲਈ ਕੋਈ ਮਹਿਬੂਬਾ ਜ਼ਿੰਮੇਵਾਰੀ ਕੋਈ ਨਹੀਂ ਡਰਨ ਦੀ ਵੀ ਕੋਈ ਲੋੜ ਨਹੀਂ بس ਫालतू ਦੀ ਡਿਸ਼ ਉਹਨੂੰ ਮੈਂ ਕਸ਼ਮੀਰ ਲੈ ਗਿਆ ਕੇਰਲ ਲੈ ਗਿਆ ਅਜੰਤਾ ਐਲੋਰਾ ਕੋਨਾਕ ਸਾਰੇ ਸੈਰ ਕਰਵਾਈ ਅਸਲ 'ਚ ਕਈ ਥਾਵਾਂ ਮੈਂ ਨਹੀਂ ਸੀ ਵੇਖੀਆਂ ਹੋਈਆਂ ਉਹਦੇ ਪੱਜ ਮੈਂ ਵੀ ਮਾਂ ਭਰਾ بیوی ਬੱਚੇ ਸਭ ਨਾਲ ਤੋਂ ਵਰਿਆਂ ਤੋਂ ਜੁੜਿਆ ਹੋਇਆ ਹੈ ਭਰੀ ਹੋਈ ਜ਼ਿੰਦਗੀ ਏ ਤੇਰੀ ਹਰਮਨੀ ਵੀ ਏ ਜਦ ਤੱਕ ਕਮਜ਼ ਕਮ ਫੇਰ ਮੇਰੀ ਕੀ ਲੋੜ ਸੀ ਕਾਹਦੇ ਲਈ ਜਾਨ ਤੋਂ ਪਹਿਲਾਂ ਉਹਦਾ ਵਿਆਹ ਕਰ ਦਿੱਤਾ ਤੂੰ ਮੈਨੂੰ ਨਹੀਂ ਲੈ ਜਾਏਂਗਾ ਗੁਨਾਕ ਅਜੰਤਾ ਲੋਰਾ ਕਸ਼ਮੀਰ ਵਿਆਹ ਤੋਂ ਮਗਰੋਂ ਹਨ ਮੂਨ ਤੇ ਜਾਂਦੇ ਨੇ ਲੋਕ ਇੱਕ ਕੱਲ ਸੁਖਾਵਾਂ ਮਾਹੌਲ ਇਕਾਂਤ ਸ਼ਾਂਤੀ ਸੋਜ ਤੇ ਦੋ ਮਨੁੱਖਾਂ ਦਾ ਨਵਾਂ ਮਿਲਣ ਤੇ ਤੂੰ ਮੈਨੂੰ ਅੱਧੇ ਮਿੰਟ ਮਗਰੋਂ ਪਰਾਂ ਸੁੱਟ ਕੇ ਚਿੱਠੀ ਆਈ ਸੀ ਉਹਦੀ ਕਿ ਭਾਜੀ ਤੁਸੀਂ ਮੈਨੂੰ ਪਟਕਣੋਂ ਬਚਾ ਲਿਆ ਖਰਚ ਵੀ ਘਟ ਗਿਆ ਸਗੋਂ ਭਾਵੇਂ ਹੁਣ ਦੋ ਆ ਖਰਚ ਕਰਕੇ ਸੌਣ ਵਾਲੀ ਥੀਵੀ ਤੇ ਮੁਫਤ ਵਿੱਚ ਜਿਹਦੇ ਨਾਲ ਸੌ ਸਕੋ ਉਹ ਥੀਵੀ ਮੁਫਤ ਵਾਲੀ ਥੀਵੀ ਬੀਵੀ ਹੁੰਦੀ ਹੈ ਸਿਰਫ ਰੋਟੀ ਕੱਪੜੇ ਤੇ ਨੌਕਰ ਤੇ ਗੁਲਾਮ ਪਰ ਫਿਰ ਵੀ ਬੀਵੀ ਦੀ ਪੋਜੀਸ਼ਨ ਰਿਸਪੈਕਟੇਬਲ ਹੈ ਖਰਚ ਕਰਕੇ ਜਿਹਦੇ ਨਾਲ ਸੌ ਉਹ ਪ੍ਰੋਸਟੀਚੂਟ ਹੁੰਦੀ ਵੈਸ਼ਿਆ ਤੇ ਨਾ ਦੋਹਾਂ ਦੇ ਵਿੱਚ ਘਾਰ ਜਿਹੜੀ ਔਰਤ ਹੁੰਦੀ ਹੈ ਜਿਹਦੇ ਤੇ ਖਰਚ ਵੀ ਨਹੀਂ ਕਰਨਾ ਪੈਂਦਾ ਰੋਟੀ ਕੱਪੜਾ ਦੇਣ ਦਾ ਇਕਰਾਰ ਵੀ ਨਹੀਂ ਹੁੰਦਾ ਸਮਾਜ ਵਿੱਚ ਉਹਦੇ ਨਾਲ ਸੌਣ ਵਾਲੇ ਮਰਦ ਦੇ ਰਤਬੇ ਮਰਤਬੇ ਦੇ ਮੁਤਾਬਕ ਉਹਦੀ ਇੱਜ਼ਤ ਵੀ ਨਹੀਂ ਹੁੰਦੀ ਚੋਰੀ ਦਾ ਰਿਸ਼ਤਾ ਉਹ ਕੀ ਹੁੰਦੀ ਹੈ ਉਹ ਔਰਤ ਕੀ ਹੁੰਦੀ ਹੈ ਉਮੇਸ਼ ਫਾਲਤੂ ਔਰਤ ਫਾਲਤੂ ਸੁਪਰਫਲੂਅਸ ਉਮੇਸ਼ ਜ਼ੋਰ ਦੀ ਹੱਸਦਾ ਹੈ ਮੇਰੀ بیوی ਨੇ ਐਤ ਕੀ ਆਰਡਰ ਦਿੱਤਾ ਸੀ ਕਿ ਉਹਦੇ ਜੋਗੀ ਵਧੀਆ ਇੰਪੋਰਟਡ ਲਿਪਸਟਿਕ ਲੈ ਕੇ ਆਵਾ ਤੇ ਇੰਟੀਮੇਟ ਪਰਫਿਊਮ ਦੀ ਬੋਟਲ ਪਰ ਹੁਣ ਮੈਂ ਇਕੱਲਾ ਕਿੱਥੋਂ ਲਾਵਾਂਗਾ ਤੂ ਤੇ ਸਵੇਰੇ ਬੰਬਈ ਤੁਰ ਚੱਲੀ ਐ ਮੈਂ ਤੇ ਤੈਨੂੰ ਕੋਈ ਆਰਡਰ ਨਹੀਂ ਦੇ ਸਕਦੀ ਉਮੇਸ਼ 나ਈ ਕਿ ਦੋ ਦਿਨ ਪਹਿਲਾਂ ਆ ਜਾ 나ਈ ਕਿ ਬੰਬਈ ਮੇਰੇ ਨਾਲ ਚਲਾ ਚੱਲ 나ਈ ਕਿ ਅੱਜ 42 ਦਿਨਾਂ ਮਗਰੋਂ ਮੈਨੂੰ ਇਸ ਘਰ ਦੇ ਰੌਲੇ 'ਚ ਨਾ ਮਿਲ ਜਿੱਥੇ ਤੇਰੀ ਹਿੱਕ ਤੇ ਸਿਰ ਰੱਖਣ ਲਈ ਬਿਲ ਕਰਈਆਂ ਮੈਂ ਤਾਂ ਨਾ ਤੈਨੂੰ ਹੱਕ ਨਾਲ ਕੁਝ ਕਹਿ ਸਕਦੀਆਂ ਕਿਉਂਕਿ ਹੱਕ ਹੈ ਹੀ ਨਹੀਂ ਨਾ ਤਰਲਾ ਕਰ ਸਕਦੀਆਂ ਕਿਉਂਕਿ ਤਰਲਾ ਮੇਰੀ ਫਿਤਰਤ ਨਹੀਂ ਨਾ ਲੜ ਸਕਦੀਆਂ ਤੇਰੇ ਨਾਲ ਕਿਉਂਕਿ ਮੈਨੂੰ ਪਤਾ ਹੈ ਤੂੰ ਮੇਰੇ ਕੋਲ ਰੋਜ਼ ਮਰਰਾ ਦੀ ਬੋਰਿਅਤ ਕਤਲ ਕਰਨਾ ਹੈ ਰਿਲੈਕਸ ਕਰਨ ਰਤਾ ਹੱਸਣ ਖੇਡਣ ਆਪਣੇ ਬਾਰੇ ਗੱਲਾਂ ਕਰਨ ਤੇ ਜੇ ਮੈਂ ਰਤਾ ਤੱਕ ਗੱਲ ਕੀਤੀ ਤਾਂ ਤੇਰਾ ਕੀ ਹੈ ਤੂੰ ਤੁਰ ਜਾਏਗਾ ਵਾਪਸ ਆਪਣੀ ਜ਼ਿੰਦਗੀ ਚ ਕਿਸ ਵੇਲੇ ਜਾਂਦੀ ਹੈ ਤੇਰੀ ਗੱਡੀ ਗੱਡੀ ਤੇ ਜਾ ਰਹੀ ਹੈ ਕਿ ਬਾਈਅਰ ਉਮੇਸ਼ ਦੀ ਆਵਾਜ਼ ਵਿੱਚ ਕੋਈ ਦਰਦ ਨਹੀਂ ਐਸਾ ਸਤੋਂ ਸਖੜੀ ਉਸ ਆਵਾਜ਼ ਦੀ ਠੰਡਕ ਨਾਲ ਗੀਤਾ ਦਾ ਅੰਗ-ਅੰਗ ਜੰਮਦਾ ਜਾ ਰਿਹਾ ਹੈ ਇਸ ਸਵੇਰ ਦੀਆਂ ਗੱਲਾਂ ਸਵੇਰੇ ਕਰਾਂਗੇ ਉਮੀ ਜੇ ਕੱਲ ਦੀ ਗੱਲ ਵੀ ਅੱਜ ਹੀ ਕਰ ਲਈ ਤਾਂ ਕੱਲ ਗੱਲ ਕਰਨ ਚੋਗਾ ਕੁਝ ਨਹੀਂ ਬਚੇਗਾ ਤੇ ਜੇ ਤੂੰ ਇਸੇ ਤਰ੍ਹਾਂ ਇੱਥੋਂ ਤੁਰ ਗਿਆ ਜੇ ਤੂੰ ਮੈਨੂੰ ਆਪਣੀਆਂ ਬਾਹਾਂ ਚ ਲਪੇਟਣ ਵਾਸਤੇ ਨਾ ਵਿਲ ਗਿਆ ਤੇ ਮੈਂ ਚਲੀ ਜਾਵਾਂਗੀ ਸਵੇਰੇ ਭੰਗਾਈ ਭਾਵੇਂ ਕੋਰੀਡੋਰ ਚ ਪੁੰਝੇ ਬਿਸਤਰਾ ਉੱਛਾ ਕੇ ਜਾਣਾ ਪਵੇ ਇਸ ਸ਼ਾਮ ਦਾ ਇਹ ਟਾਰਚਰ बार-बार ਰਿਪੀਟ ਕਰਨ ਦਾ ਕੀ ਫਾਇਦਾ ਰੋਟੀ ਖਾਣ ਮਗਰੋਂ ਡ్రਾਈਿੰਗ ਰੂਮ ਚ ਦੋਵੇਂ ਆ ਕੇ ਬਹਿ ਗਏ ਨੌਕਰ ਕਾਫੀ ਦੇ ਦੋ ਕੱਪ ਬਣਾ ਕੇ ਦੇ ਗਿਆ ਖਾਮੋਸ਼ੀ ਬੋਝਲ ਹੋਣ ਲੱਗੀ ਤਾਂ ਗੀਤਾ ਨੇ ਰਿਕਾਰਡ ਚੇਂਜਰ ਤੇ ਰਿਕਾਰਡ ਲਾ ਦਿੱਤੇ ਪੰਨਾ ਲਾਲ ਗੋਸ਼ ਦੀ ਬਾਂਸਰੀ ਦੀ ਹੂਕ ਜਿਉਂਦੇ ਉਦਾਸ ਦਰਦ ਵਾਂਗੂ ਕਮਰੇ ਦੀ ਖਾਮੋਸ਼ੀ ਚ ਤੁਰਨ ਲੱਗੀ ਬੋਲੇ ਪੈਣੀ ਗੀਤਾ ਹਮੇਸ਼ ਦੀ ਆਵਾਜ਼ ਬਾਂਸਰੀ ਦੀ ਹੂਕ ਦਾ ਹੌਕਰ ਰਲ ਗਿਆ ਜੀ ਗੀਤਾ ਕੰਬ ਕੇ ਉਹਦੇ ਮੂੰਹ ਹਲ ਵੇਖਦੀ ਹੈ ਗੀਤਾ ਆਈ ਨੀਡ ਯੂ ਹਮੇਸ਼ ਇਹ ਸੁਣਨ ਲਈ ਤਾਂ ਮੈਂ ਤਰਸ ਰਹੀ ਸੀ ਕਿਥੇ ਦੱਸ ਕਿੱਥੇ ਲੈ ਚੱਲੇਗਾ ਮੈਨੂੰ ਚੱਲ ਕਿਧਰੇ ਵੀ ਲੈ ਚੱਲ ਚੁੱਕ ਕੇ ਦੌੜ ਜਾ ਮੈਨੂੰ ਆਈ ਹੈਵ ਬੀਨ ਡ੍ਰੀਮਿੰਗ ਆਫ ਯੂ ਏਵਰੀ ਨਾਈਟ ਡ੍ਰੀਮਿੰਗ ਐਂਡ ਆਈ ਨੀਡ ਸਲੀਪ ਤੂੰ ਇੱਥੇ ਕਿਉਂ ਆ ਗਿਆ ਇੱਥੇ ਬਹਿ ਕੇ ਹੀ ਤੂੰ ਮੈਨੂੰ ਇਹ ਸਭ ਕਹਿਣਾ ਸੀ ਜੇ ਇਕੱਲਾ ਕਮਰਾ ਹੁੰਦਾ ਜਿੱਥੇ ਸਿਰਫ ਤੂੰ ਤੇ ਮੈਂ ਹੁੰਦੇ ਤਾਂ ਮੈਂ ਤੈਨੂੰ ਆਪਣੀਆਂ ਬਾਹਾਂ 'ਚ ਘੁੱਟ ਲੈਂਦੀ ਤੇ ਤੂੰ ਇਹ ਗੱਲ ਕਹਿੰਦਾ ਤਾਂ ਮੈਂ ਤੇਰਾ ਸਿਰ ਆਪਣੀ ਛਾਤੀ 'ਚ ਛੁਪਾ ਲੈਂਦੀ ਤੂੰ ਇਹ ਆਖਦਾ ਕਿ ਮੈਂ ਤੈਨੂੰ ਸਾਰੇ ਦੇ ਸਾਰੇ ਨੂੰ ਚੁੰਮ ਕੇ ਛੱਲੀ ਹੋ ਜਾਂਦੀ ਇੱਥੇ ਕੀ ਕਰਾਂ ਹਾਂ ਦੱਸ ਇਸ ਗੱਲ ਦਾ ਤੈਨੂੰ ਕੀ ਜਵਾਬ ਦਿਆਂ ਆਈ ਹੈ ਬੀਨ ਸਟਾਰਵਿੰਗ ਫॉर ਯੂ ਗੀਤੀ ਓਮੀ ਮੇਰੇ ਮਹਿਬੂਬ ਮੈਨੂੰ ਪਤਾ ਸੀ ਇਹੀ ਤਾਂ ਮੈਨੂੰ ਪਤਾ ਸੀ ਤੇਰੀ ਆਵਾਜ਼ ਦੇ ਹਲਕੇਪਨ ਤੋਂ ਤੇ ਤੇਰੇ ਇਨਡਿਫਰੈਂਸ ਤੋਂ ਤੇ ਤੇਰੇ ਇਹਨਾਂ ਪਿਛਲੇ 42 ਦਿਨਾਂ ਦੇ ਰਵੱਈਏ ਤੋਂ ਇਹੀ ਤਾਂ ਸਮਝ ਨਹੀਂ ਸੀ ਆਉਂਦੀ ਮੈਂ ਤੇ ਸੋਚਦੀ ਸਾਂ ਇੱਕ ਵਾਰੀ ਜਿਹਨੂੰ ਮੈਂ ਪਿਆਰ ਕਰਾਂ ਇੱਕ ਵਾਰੀ ਜਿਹੜਾ ਮੇਰੇ ਨਾਲ ਹੋਵੇ ਗੀਤਾ ਹੀ ਨੀਡ ਯੂ ਡਿਸ ਡੈਸਪਰੇਟਲੀ ਉਮੀਦ ਤੇ ਬੋਲਾਂ ਚ ਸਾਬਤ ਸੰਜੀਦਗੀ ਸਾਬਤ ਇਮਾਨਦਾਰੀ ਲੈ ਚੱਲ ਨਾ ਮੈਨੂੰ ਫੇਰ ਮੇਰੀ ਬਾਹ ਫੜ ਕੇ ਹੁਣੇ ਹੁਣੇ ਇੱਥੇ ਬੈਠੇ ਕੀ ਕਰ ਰਹੇ ਆਂ ਅਸੀਂ ਮੈਨੂੰ ਲੈ ਚੱਲ ਮੇਰੀ ਸਾਰੀ ਰੂਹ ਮੇਰਾ ਸਾਰਾ ਜਿਸਮ ਤੈਨੂੰ ਆਵਾਜ਼ਾਂ ਦਿੰਦਾ ਪਿਆ ਸੁਣ ਸੁਣ ਤੇਰਾ ਸਮਾਨ ਕਿੱਥੇ ਵੀ ਉਮੀ ਟੰਡਨ ਦੇ ਘਰ ਗੀਤਾ ਦੇ ਪੈਰਾਂ ਨੂੰ ਜਿਵੇਂ ਤੁਰਦਿਆਂ ਤੁਰਦਿਆਂ ਠੋਕਰ ਲੱਗ ਗਈ ਟੰਡਨ ਦੇ ਘਰ ਤੇ ਤੂੰ ਇਹ ਕੀ ਕਹਿ ਰਹੀ ਐ ਫਿਰ ਟੰਡਨ ਦੇ ਘਰ ਠਹਿ ਰਹੀ ਐ ਤੂੰ ਇਸ ਵਾਰੀ ਵੀ ਕਿਸੇ ਹੋਟਲ 'ਚ ਨਹੀਂ ਮੇਰੀ ਜ਼ਰੂਰਤ ਕਿੱਥੇ ਲਜਾਏਗਾ ਮੈਨੂੰ ਫਿਰ ਟੰਡਨ ਦੇ ਘਰ ਫਿਰ ਵੀ ਆ ਤੇ ਗਏ ਹੋਏ ਨੇ ਉਹ ਪਰ ਗੀਤਾ ਨੂੰ ਸਮਝ ਨਹੀਂ ਆਉਂਦੀ ਉਹ ਹਮੇਸ਼ ਨੂੰ ਕੀ ਪੁੱਛੇ ਕਿਸ ਤਰ੍ਹਾਂ ਪੁੱਛੇ ਕਿਉਂ ਟੰਡਨ ਨਹੀਂ ਪਸੰਦ ਇਹਨੂੰ ਹਮੇਸ਼ ਮੁਸਕਰਾਉਂਦਾ ਹੈ ਪਸੰਦ ਦੀ ਗੱਲ ਨਹੀਂ ਹੁਣ ਮੈਂ ਤੈਨੂੰ ਕੀ ਆਖਾਂ ਇਹ ਗੱਲ ਵੀ ਕੋਈ ਔਰਤ ਦੇ ਆਖਣ ਵਾਲੀ ਤਨਕੀ ਪੁੱਛਾਂ ਕਿ ਫਿਰ ਤੂੰ ਮੇਰੇ ਨਾਲ ਸਵੇਹਾਂਗਾ ਕਿੱਥੇ ਤੇ ਜੇ ਨਹੀਂ ਤਾਂ ਫਿਰ ਮੈਨੂੰ ਇਹ ਨੀਡ ਵਾਲੀ ਗੱਲ ਕਿਉਂ ਕਰ ਰਿਹਾ ਪਸੰਦ ਨਾ ਪਸੰਦ ਕੀ ਹੋਣੀ ਬਸ ਸਾਮਾਨ ਲਿਆ ਕੇ ਉੱਥੇ ਰੱਖ ਦਿੱਤਾ ਹੈ ਡਰਾਈਵਰ ਨੂੰ ਵੀ ਆਦਤ ਪਈ ਹੋਈ ਹੈ ਸਿੱਧਾ ਉੱਥੇ ਆ ਕੇ ਰੁਕ ਜਾਂਦਾ ਹੈ ਉਹਨਾਂ ਨੂੰ ਮੈਂ ਕੀ ਕਹਿੰਦਾ ਉਫ ਇਹ ਮੇਰੀ ਆਵਾਜ਼ ਕਿਉਂ ਕੰਬੀ ਜਾਂਦੀ ਹੈ ਹੁਣ ਜੀ ਇਹ 42 ਦਿਨ ਜਿਵੇਂ ਇੱਕ ਫਿਕਸਡ ਆਈਡੀਆ ਬਣਿਆ ਹੋਇਆ ਸੀ ਦਿਮਾਗ ਵਿੱਚ ਕਿ ਆਦਕੀ ਤੂੰ ਆ ਕੇ ਕਿਸੇ ਹੋਟਲ 'ਚ ਠਹਿਰੇਗਾ ਤੇ ਮੈਨੂੰ ਉੱਥੋਂ ਫੋਨ ਕਰੇਗਾ ਗੀਤਾ ਨਿੱਕੀ ਜੀ ਹਾਸੀ ਹਸਦੀ ਹੈ ਜਿਵੇਂ ਆਪਣੀ ਕਈ ਗੱਲ ਨੂੰ ਹੀ ਮਜ਼ਾਕ ਕਰ ਰਹੀ ਹੋਵੇ ਸੋਚਿਆ ਤਾਂ ਮੈਂ ਵੀ ਇਹੋ ਸੀ ਪਰ ਰਾਹ ਚ ਭੁੱਲ ਗਿਆ ਤੇ ਡਰਾਈਵਰ ਮੈਨੂੰ ਸਿੱਧਾ ਉੱਥੇ ਲੈ ਗਿਆ ਤੇਰੀ ਨੀਂਦ ਤਾਂ ਉਹ ਨੀਂਦ ਨਹੀਂ ਇਹ ਵੀ ਕੀ ਜ਼ਰੂਰੀ ਹੈ ਕਿ ਹਰ ਵਾਰ ਤੈਨੂੰ ਬਿਸਤਰੇ ਦੀ ਲੋੜ ਹੋਵੇ ਗੱਲਾਂ ਕਰਨ ਦੀ ਜ਼ਰੂਰਤ ਵੀ ਤਾਂ ਹੋ ਸਕਦੀ ਹੈ ਸਿਰਫ ਮਿਲਣ ਦੀ ਇਹ ਵੀ ਕੋਈ ਥੋੜੀ ਜੀ ਗੱਲ ਹੈ ਮੈਂ ਸੋਚਦੀ ਹਾਂ ਉਮੇਸ਼ ਇਹੀ ਠੀਕ ਹੈ ਯਾਨੀ ਇਸ ਤਰ੍ਹਾਂ ਮਿਲਣਾ ਬੈ ਕੇ ਗੱਲਾਂ ਕਰਾਂਗੇ ਤੂੰ ਆਪਣੀ ਨਜ਼ਮ ਸੁਣਾਈ ਮੈਂ ਚੈੱਕਅਪ ਦੇ ਕੁਝ ਖੱਤ ਪੜ੍ਹੇ ਨੇ ਉਹਨਾਂ ਬਾਰੇ ਦੱਸਾਂਗੀ ਤੈਨੂੰ ਤੇਰੇ ਜੋਗੇ ਕੁਝ ਪੋਰਸ਼ਨ ਮੈਂ ਮਾਰਕ ਵੀ ਕਰਕੇ ਰੱਖੇ ਹੋਏ ਨੇ ਗੀਤਾ ਗੱਲ ਦੇ ਰੌਣੂ ਹਲਕਾ ਕਰਨ ਦੀ ਕੋਸ਼ਿਸ਼ ਕਰਦੀ ਗੀਤਾ ਇੱਥੇ ਤੇਰਾ ਵੱਖਰਾ ਕਮਰਾ ਹੈ ਨਾ ਮੈਨੂੰ ਨਹੀਂ ਦਿਖਾਣਾ ਮਮਾ ਤਾਂ ਹੁਣ ਤੱਕ ਸੌਂ ਗਏ ਹੋਣਗੇ ਤਾਂ ਕੀ ਤੇਰਾ ਮਤਲਬ ਹੈ ਇਸੀ ਕਿ ਥੀ ਇਸ ਘਰ ਵਿੱਚ ਜਿੱਥੇ ਬਾਕੀ ਦੇ ਕਮਰਿਆਂ 'ਚ ਮੰਮੀ ਨੇ ਭਰਾ ਭਰਾਈ ਨਹੀਂ ਛੋਟਾ ਮੋਟੂ ਹੈ ਇੱਥੇ ਮੈਂ ਤੈਨੂੰ ਆਪਣੇ ਕਮਰੇ 'ਚ ਲੈ ਜਾ ਕੇ ਅੰਦਰ ਉਹ ਚਟਕਣੀ ਬੰਦ ਕਰ ਲਾਂਗੀ ਤੇ ਤੇਰੇ ਨਾਲ ਸੌ ਜਾਾਂਗੀ ਗੀਤਾ ਨੂੰ ਲੱਗਦਾ ਉਹ ਮੇਸ਼ ਸਿਰਫ ਉਹਦੀ ਨਹੀਂ ਉਹਦੀ ਮਾਂ ਦੀ ਵੀ ਭਰਾ ਦੀ ਵੀ ਭਰਜਾਈ ਦੀ ਵੀ ਤੇ ਉਹਦੇ ਨਿੱਕੇ ਜਿਹੇ ਭਤੀਜੇ ਦੀ ਵੀ ਤੋਹੀਨ ਕਰ ਰਿਹਾ ਹੈ ਉਹ ਗਵਨ ਨਾਲ Umesh ਤੇ ਮੂੰਹ ਹਲ ਤੱਕਦੀ ਹੈ ਤੂੰ ਨਾਰਾਜ਼ ਕਿਉਂ ਮੇਰੇ ਨਾਲ ਇੰਨੀ गीता ਉਹਦੇ ਚਿਹਰੇ ਤੋਂ ਪਤਾ ਨਹੀਂ ਕੀ ਤਲਾਸ਼ ਕਰ ਰਹੀ ਹੈ ਬੜੀ ਕੋਖਵੀਂ ਨਜ਼ਰ ਆ ਨਹੀਂ ਸਕਿਆ 42 ਦਿਨ ਚਾਚੀ ਬਿਮਾਰ ਸੀ ਛੱਡ ਕੇ ਆ ਜਾਂਦਾ ਨੌਕਰੀ ਨੂੰ ਅਸਤੀਫਾ ਦੇ ਦਿਆਂ ਮਕਾਨ ਬਣਵਾਉਣਾ ਬੰਦ ਕਰਦੇ ਆ ਤੂੰ ਸਮਝ ਨਹੀਂ ਇਹ ਤੇਰੇ ਕੋਲ ਆਉਣ ਵਾਸਤੇ ਮੈਂ ਨਹੀਂ ਸੀ ਤੜਪ ਰਿਹਾ ਮੈਂ ਤੇ ਦਿਨ ਰਾਤ ਤੇਰੇ ਬਾਰੇ ਸੋਚਦਾ ਸੀ ਰੁਟੀਨ ਦੇ ਕੰਮਾਂ ਤੋਂ ਜਿਹੜਾ ਵਕਤ ਵੀ ਮਿਲਦਾ ਸੀ ਉਮੇਸ਼ ਤੂੰ ਕੁਝ ਨਹੀਂ ਸਮਝੇਗਾ ਕਿਉਂਕਿ ਮੈਂ ਤੈਨੂੰ ਸਮਝਾ ਹੀ ਨਹੀਂ ਸਕਦੀ ਕਿਉਂਕਿ ਸਾਡੇ ਵਿਚਕਾਰ ਇਹ ਅਜਨਬੀ ਹਵਾਏ ਤੇ ਕਮਰੇ ਦੀ ਦੀਵਾਰ ਦੇ ਪਰਲੇ ਪਾਸੇ ਅੰਮਾਂ ਦੀ ਜਿਹੜੀ ਹੋਣ ਦੇ ਉਹ ਇਟਾਂ ਦੀਆਂ ਝੀਥਾਂ ਦੇ ਵਿਚਕਾਰੋਂ ਇਧਰ ਨੂੰ ਜਿਵੇਂ ਝਾਕ ਰਹੀ ਹੈ ਤੇ ਅੰਮਾਂ ਦੀ ਨਰਾਜ਼ਗੀ ਤੇ ਹੋਰ ਸਾਰੇ ਲੋਕਾਂ ਦੀ ਖਾਮੋਸ਼ ਬਗਾਵਤ ਤੇ ਇਹ ਹਵਾ ਤੇ ਦੀਵਾਰਾਂ ਤੇ ਦੀਵਾਰਾਂ ਦੇ ਵਿਚਕਾਰ فرش ਤੋਂ ਛੱਤ ਤੱਕ ਅੱਸੀ ਹੋਈ ਬੇਚੈਨੀ ਬੇਬਸ ਬੇਚੈਨੀ ਟੈਨਸ਼ਨ ਮੈਂ ਕਿਧਰੇ ਪੜਿਆ ਸੀ ਕਿ ਮੀਆਂ ਬੀਵੀ ਵਿਚਕਾਰ ਪੂਰੇ ਦਿਨ ਚ ਜਿੰਨੀਆਂ ਟੈਨਸ਼ਨ ਵਾਲੀਆਂ ਤੇ ਸਵਾਦ ਕਿਸਿਆਲਾ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਚ 90 ਫੀਸਦੀ ਪ੍ਰੋਬਲਮਜ਼ ਰਾਤੀ ਬਿਸਤਰੇ 'ਚ ਹੱਲ ਹੋ ਜਾਂਦੀਆਂ ਨੇ ਤੇ ਮਗਰੋਂ ਅਗਲੀ ਸਵੇਰ ਉਹ ਦੋਵੇਂ ਇੰਨੇ ਕਾਮਰੇਡ ਹੋ ਜਾਂਦੇ ਨੇ ਕਿ ਇੱਕ ਦੂਜੇ ਦੇ ਕਿ ਬਾਕੀ ਦੀਆਂ 10 ਫੀਸਦੀ ਪ੍ਰੋਬਲਮਜ਼ ਦਾ ਹੱਲ ਲੱਭ ਲੈਣ ਗੀਤਾ ਪੱਥਰ ਵਾਂਗੂ ਅਹਲ ਤੇ ਖਾਮੋਸ਼ ਬੈਠੀ ਏ ਉਹਦੀ ਖਾਮੋਸ਼ੀ ਉਮੇਸ਼ ਦੇ ਅੰਦਰਲੀ ਤਾੰਗ ਨੂੰ ਹੌਲੀ-ਹੌਲੀ ਜਬਾ ਕਰ ਰਹੀ ਏ ਗੀਤਾ ਯੂ ਡੋਨਟ ਵਾਂਟ ਮੀ ਯੂ ਡੋਨਟ ਵਾਂਟ ਮੀ ਦ ਵੇ ਆਈ ਵਾਂਟ ਯੂ ਜੇ ਤੂੰ ਮੈਨੂੰ ਇੱਥੇ ਨਾ ਮਿਲਿਆ ਹੁੰਦਾ ਤਾਂ ਮੈਂ ਤੇਰੀ ਹਿੱਕ ਨਾਲ ਲੱਗੀ ਹੁੰਦੀ ਇਹਨਾਂ ਸਵਾਲਾਂ ਦੀ ਫਿਰ ਲੋੜ ਹੀ ਨਾ ਪੈਂਦੀ ਹੁਣ ਦੱਸ ਇਹਨਾਂ ਤੇਰੇ ਸਵਾਲਾਂ ਦਾ ਜਵਾਬ ਕੋਈ ਲਫ਼ਜ਼ ਦੇ ਸਕਦੇ ਨੇ ਸਿਰਫ ਮੇਰੀਆਂ ਬਾਹਾਂ ਜਵਾਬ ਦੇ ਸਕਦੀਆਂ ਸਨ ਤੇ ਮੇਰੇ ਜਿਸਮ ਦੀ ਡੱਫਰੀ ਵਾਂਗੂ ਵੱਜ ਰਹੀ ਹਰ ਨਾੜ ਤੇ ਮੇਰੇ ਜਿਸਮ ਦੀ ਅੱਗ ਤੇ ਸੇਕ ਤੇ ਕਮਿਊਨੀਕੇਸ਼ਨ ਦੇ ਨਾ ਵਸੀਲਿਆਂ ਤੋਂ ਇਲਾਵਾ ਹੋਰ ਵੀ ਕਿਸੇ ਤਰੀਕੇ ਨਾਲ ਇਹ ਨੀਡ ਵਾਲੀ ਗੱਲ ਕਿਸੇ ਮਹਿਬੂਬ ਨੂੰ ਦੱਸੀ ਜਾ ਸਕਦੀ ਹੈ ਮੈਨੂੰ ਤਾਂ ਖਬਰ ਨਹੀਂ ਮੈਂ ਜਾਵਾਂ ਬੇहद ਮਾਇੂਸੀ ਅਨੇਕ ਖੂਦੇ ਹੋਕੇ ਵਰਗੀ ਪੁਰਾਣੇ ਖੋਖਲੇ ਗੁੰਬਦ ਚ ਭਰੀ ਹਵਾ ਵਰਗੀ ਮੈਂ ਸਵੇਰੇ ਵਾਪਸ ਜੈਪੁਰ ਚਲਾ ਜਾਵਾਂਗਾ ਹਮੇਸ਼ ਗੀਤਾ ਦੀ ਆਵਾਜ਼ ਤੋਂ ਲੰਮਾ ਆਉਗੀ ਤਰਲਾਵੀਂ ਹਾਈ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦਾ ਇੱਥੇ ਰਹਿ ਕੇ ਕੀ ਕਰਨਾ ਮੈਂ ਚਲਾ ਜਾਵਾਂਗਾ ਵਾਪਸ ਤੜਕੇ ਜੈਪੁਰ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਉਦੋਂ ਮੈਨੂੰ ਦੱਸ ਸਕੇਂਗੀ ਕਿ ਮੇਰਾ ਕਸੂਰ ਕੀ ਛੱਡ ਦੇ ਈਗੋ ਨਹੀਂ ਸਮਝ ਰਿਹਾ ਤੇਰੀ ਗਲਤ ਤਾਂ ਤੁਸੀਂ ਸਮਝਾ ਦੇ। ਹੋ ਸਕਦਾ ਇਹਨੂੰ ਵਾਕਈ ਸਮਝ ਨਾ ਆ ਰਹੀ ਹੋਵੇ। ਝੁਕ ਜਾ ਪਰ ਇਸ ਮੂਮੈਂਟ ਦਾ ਪੱਲਾ ਨਾ ਛੱਡ। ਰੁਕ ਜਾ ਪਰ ਇਹਨੂੰ ਇਸ ਤਰ੍ਹਾਂ ਵਾਪਸ ਨਾ ਜਾਣ ਦੇ। ਹੋ ਸਕਦਾ ਬੜੀ ਔਖ ਨਾਲ ਸੱਤ ਝੂਠ ਬੋਲ ਕੇ ਸੱਤ ਬਹਾਨੇ ਬਣਾ ਕੇ ਸਿਰਫ ਤੈਨੂੰ ਮਿਲਣ ਲਈ ਆਇਆ ਹੋਵੇ। ਹੋ ਸਕਦਾ ਇਹ ਗੱਲ ਇਹਨੂੰ ਸੁਝੀ ਨਾ ਹੋਵੇ ਕਿ ਜਿਸ ਥਾਂ ਤੇ ਮਿਲਣਾ ਚਾਹੀਦਾ ਕਿ ਉਹ ਥਾਂ ਇਹ ਮੇਰਾ ਘਰ ਨਹੀਂ ਹੋ ਸਕਦੀ। ਹੋ ਸਕਦਾ ਇਹਨੂੰ ਬਾਹਰ ਕਿਧਰੇ ਹੋਟਲ 'ਚ ਕਮਰਾ ਲੈ ਕੇ ਆਪਣੇ ਮਹਿਬੂਬ ਨੂੰ ਬੁਲਾਉਣ ਦੀ ਜਾਂਚ ਹੀ ਨਾ ਹੋਵੇ। ਮੰਜ ਜਾਂਚ ਤੇ ਮੈਨੂੰ ਵੀ ਨਹੀਂ ਸਿਰਫ ਸਮਝ ਹੈ। ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਸ਼ਾਇਦ ਸਮਝ ਇਹਨੂੰ ਵੀ ਹੋਵੇ ਪਰ ਚੱਕ ਗਿਆ ਹੋਵੇ। ਸਵੇਰੇ ਮੈਂ ਕਿੱਥੇ ਆਵਾਂ ਤੁਹਾਡੇ ਕੋਲ? ਗੀਤਾ ਆਪਣੀ ਪੂਰੀ ਹਿੰਮਤ ਇਕੱਠੀ ਕਰਕੇ ਪੁੱਛਦੀ। ਨਹੀਂ ਕਿਧਰੇ ਵੀ ਨਹੀਂ। ਸਵੇਰੇ ਮੈਂ ਵਾਪਸ ਤੁਰ ਪ ਜਾਵਾਂਗਾ। ਨਿਹਾਇਤ ਮਰੀ ਹੋਈ ਮਾਇੂਸ ਆਵਾਜ਼। ਹਮੇਸ਼ ਮੇਰੀ ਗੱਲ ਤੂੰ ਸੁਣ ਰਿਹਾ ਹੈ। ਮੈਂ ਤੈਨੂੰ ਪੁੱਛਿਆ ਸਵੇਰੇ ਮੈਂ ਤੇਰੇ ਕੋਲ ਆਉਣਾ ਹੈ ਕਿੱਥੇ ਆਵਾਂ? ਕਿੱਧਰੇ ਵੀ ਨਹੀਂ ਕੀਤਾ ਤੈਨੂੰ ਮੈਂ ਦੱਸਿਆ ਮੈਂ ਟੰਡਨਵਾਲ ਠਹਿਰੇ ਆਵਾ ਉੱਥੇ ਤਾਂ ਆਉਣਾ ਨਹੀਂ ਚਾਹੇਂਗੀ ਤੂੰ ਮੈਂ ਵੀ ਨਹੀਂ ਸੱਦਾਗਾ ਤੈਨੂੰ ਉੱਥੇ ਹੁਣ ਹੋਰ ਕੀ ਕਰਾਂ ਚੰਗਾ ਇਹੀ ਹੈ ਸਵੇਰੇ ਮੈਂ ਵਾਪਸ ਚਲਾ ਜਾਵਾਂ ਗੀਤਾ ਨੂੰ ਹਮੇਸ਼ਾ ਉਹਨਾਂ ਲੋਕਾਂ ਨਾਲ ਨਫ਼ਰਤ ਹੁੰਦੀ ਹੈ ਜਿਹੜੇ ਠੀਕ ਡਿਸੀਜਨ ਨਹੀਂ ਕਰ ਸਕਦੇ ਹਮੇਸ਼ਾ ਉਹਨਾਂ ਲੋਕਾਂ ਤੇ ਬੇहद ਗੁੱਸਾ ਆਉਂਦਾ ਜਿਹੜੇ ਡਰ ਨਾਲ ਸੁੰਗੜਦੇ ਰਹਿੰਦੇ ਨੇ ਖੁੱਲ ਕੇ ਜੀ ਨਹੀਂ ਸਕਦੇ ਹਮੇਸ਼ਾ ਉਹਨਾਂ ਲੋਕਾਂ ਨਾਲ ਕੋਸਤ ਹੁੰਦੀ ਹੈ ਜਿਹੜੇ ਗੱਲ ਦੀ ਰੈਸ਼ਨੈਲਿਟੀ ਵੇਖਣ ਤੋਂ ਇਨਕਾਰ ਕਰ ਦਿੰਦੇ ਨੇ ਬਸ ਇਹ ਤਾਂ ਹੋਰ ਕੁਝ ਨਹੀਂ ਆਖਦੀ ਆਖ ਸਕਦੀ ਨਹੀਂ ਜਿਵੇਂ ਕੋਈ ਹਾਰ ਜਾਂਦਾ ਹੈ ਹਾਰ ਕੇ ਮੰਨ ਜਾਂਦਾ ਹੈ ਰਮੇਸ਼ ਉੱਠਿਆ ਤੇ ਤੁਰ ਗਿਆ ਧੰਨਵਾਦ